ਜੀ ਸਾਹਮਣੇ ਟਰੱਕ ਲੱਗ ਗਿਆ ਸਾਰਾ ਫਿਰ ਇੱਥੋਂ ਮਿਕਸ ਹੋ ਕੇ ਇੱਥੋਂ ਤੋਂ ਕਿੰਨਾ ਕਿੰਨਾ ਮਾਲ ਨਿਕਲਣਾ ਲਓ ਜੀ ਫਿਰ ਇੱਦਾਂ ਨਾ ਗੱਡੀ ਦਾ ਵਜ਼ਨ ਹੋਣਾ ਫਿਰ ਪਹਿਲਾਂ ਖਾਲੀ ਦਾ ਹੁੰਦਾ ਫਿਰ ਭਰੀ ਹੋਈ ਦਾ ਹੁੰਦਾ ਫਿਰ ਅੱਗੇ ਜਾਂਦੀ ਹੈ ਗੱਡੀ ਅਤੇ ਆਹ ਸਾਹਮਣੇ ਭਾਈ ਰੇਤ ਆਹ ਵੀ ਰੇਤਾ ਪਿਆ ਆਹ ਬਜਰੀ ਪਈ ਰੇਤ ਬਜਰੀ ਤੁਹਾਨੂੰ ਨੇੜੇ ਜਾ ਕੇ ਦਿਖਾ ਦਿੰਦੇ ਹਾਂ ਅਤੇ ਟਰੱਕ ਵੀ ਤੁਹਾਨੂੰ ਲੋਡ ਹੁੰਦਾ ਦਿਖਾਵਾਂਗੇ ਪੂਰਾ ਕਿੱਦਾਂ ਸਾਰਾ ਸਿਸਟਮ ਹੈ ਕਿਆ ਕੁਛ ਬਣਦਾ ਕਿੱਦਾਂ ਕਿੱਦਾਂ ਸਾਰਾ ਉੱਥੇ ਲੋਡ ਹੋ ਜਾਂਦਾ ਰੇਤ ਦੀ ਕੁਆਲਿਟੀ ਤੁਸੀਂ ਚੈੱਕ ਕਰੋ ਕਿਆ ਘੈਂਟ ਰੇਤ ਹੈ ਵਧੀਆ ਇਹ ਬਜਰੀ ਵਾਲਾ ਹੈ ਬਹੁਤ ਪਕੜ ਕਰਦਾ ਇਹ ਅੱਛਾ ਇਹ ਤਾਂ ਰੇਤਾ ਕਰ ਗਿਆ ਚਲੋ ਇਸ ਤੋਂ ਅੱਗੇ ਸਟਾਕ ਕਰੂਗਾ अरे तक रहे इधर इधर बजरी गिरी चल पे आज हम इतना बजरी चेक होगी किन्ने एम एम की किन्नी बड़ी छोटी सारी कुछ वो पाती है एक भर के लिया बच्चे लिखे उस भी एम एम की दस की चार पचहत्तर सारा कुछ है जिदा बड़िया बड़िया बिल्डिंगा बनते बड़े बड़े पुल बनते उन्होंने भारी भारी हैवी चीज़ा निकल दी फिर वो आ ग्रेड चेक किया जाता भी कि क्वानिटी है भी कि वजन सह सह सकती है जिदा हम मेरे घर का भी ना इतने एक सैंपल भर के पानी के रखा जाना सामने जिदा पे है वो थोड़ा मैं नंबर भी सारा कुछ दसूंगा क्या कुछ इन्हों का सारा कुछ कितने पैदा ए लोकेशन का डिस्क्रिप्शन लिंक भी दे दूंगा थोड़ा एड्रैस भी सारा दस दा थो तो मेरी कोशिश भी थोड़े तक कोई नवी चीज़ लेके आवा महाराज की कृपा ना कलू लेंटर पै जूगा तो हम बिजली वाले आ गए एक दिन बिजली वाले ने ले लेना अच्छ कहने भाई असी फिर नट भज नहीं करनी है असी पूरी तसली काम करना तो अच्छ पूरा कॉन्क्रीट वाले बुक करके आने पैने सारा देख के आना सारा वो भी सूँ दिखाऊंगा वीडियो देखते रहो सारी चीज़ों पूरी मिनती गिनती होनी है मिनती गिनती यह होनी है भी कई बार जिदा हम जो कमरे है जो पखा आप सेंटर च ला लें जिदा हम कमरा एक पूरा है 13x14 का तो जिते हूँ उत्थे बैड है जिनके अपने बैड के उपर पखा हो भीर दस रहा था कहना गब्बे ना ना हवा उधर जाती ना उधर जाती ना उधर आँगी मूँह में हवा जाती नहीं हैगी फिर हूँ पखा उत्थे लाऊंगे असं भी जिते पूरे बैड में हवा आई जाए थोड़ा इंची टेप तो नहीं होना थोड़े को नहीं माड़ा एक मिनट एक मिनट चीज़ मिलनी माड़ी चीज़ आ बीम उन्हें किन्ने इंच का पाया उन्होंने ये साढ़े अठ तो दूजे पसन बने लंबा 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 थले थले नहीं आए तो सीधा खड़मा सीधा खड़मा सत्त इंच एक इंच थले दे चाक हो के अठ अठ इंच हो जाना जो अपनी कॉन्क्रीट पैनी छे इंच पैनी है ਇਹਦੇ ਪਰ ਉਹ ਬਣੂਗਾ ਫਿਰ ਥੋੜਾ ਜਿਹਾ ਹਾਂ ਇਹਦੇ ਪਰ ਤਾਂ ਬਣਨਾ ਹੀ ਹਾਂ 6 ਇੰਚ ਪੈਣਾ ਮਾਲ ਆਪਣਾ 6 ਇੰਚ ਮਾਲ ਪੈਣਾ ਆਪਣਾ ਇਹਦੇ ਪਰ ਇੰਨੇ ਬਰਾਬਰ ਇਹਦੇ ਚਲ ਬਾਅਦ ਚ ਨਾ ਆਪਾਂ ਨੇ ਉਹ ਪਾਉਣੀ ਮਿੱਟੀ ਪਾ ਕੇ ਨਾ ਟਾਇਲ ਲਾਉਣੀ ਆ ਉਹ ਫਿਰ ਉਹਦੇ ਵਿੱਚ ਕਵਰ ਹੋ ਜਾਊਗਾ ਆਪਣਾ ਠੀਕ ਠੀਕ ਭਾਈ ਬਿਜਲੀ ਵਾਲਾ ਠੀਕ ਆ ਪੈਪ ਹਾਂ ਹਾਂਜੀ ਹਾਂ ਆ ਪੈਪ ਵਧੀਆ ਜੀ ਪਤਾ ਲੱਗਦਾ ਪੈਪ ਦਾ ਠੀਕ ਹੈ ਸਖਤ ਬਹੁਤ ਗੰਦੇ ਸਮਾਨ ਫਿਰ ਹੋਰ ਕੋਈ ਲਿਆਉਣਾ ਹੋਇਆ ਭਾਈ ਫੋਨ ਕਰਦੇ ਹੁਣ ਮੈਂ ਮੜਾ ਜਾ ਕੇ ਕੰਕਰੀਟ ਕੋਲ ਜਾ ਆਵਾਂ ਅਰੇ ਪੈਪ जिहड़ी हालात विच आ उदां ही आ जा बैठ फिर जिहड़े हालात विच बह जा तू बस कॉन्क्रीट जाऊगी अपने घर तक सारा देखना है असि हूं कि क्या कुछ ना थानू दिखाते हैं मारी एंट्री फिर अंदर गड्डी का वजन होना पहले खाली का होंगे फिर भरी हुई का फिर अगे जाती ਉਹ ਜੀ ਐਡਾ ਵੱਡਾ ਭਾਈ ਇਹ ਜਿੱਥੇ ਫੈਕਟਰੀ ਲੱਗੀ 3.5 ਕਿੱਲਿਆਂ ਵਿੱਚ ਹੈ ਤਾਂ ਟਰੱਕ ਭਰੇ ਇੱਧਰ ਜਦੋਂ ਕੰਮ ਚੱਲਦਾ ਫਿਰ ਨਾਲ ਦੀ ਨਾਲ ਇਹ ਟਰੱਕ ਇੱਥੋਂ ਭਰ ਭਰ ਕੇ ਜਾਈ ਜਾਂਦੇ ਆ ਆਹ ਰੇਤਾ ਜੂਸ ਹੁੰਦਾ ਜੀ ਵਿੱਚ ਇਹਦੇ
ਤੇ ਆਹ ਸਾਹਮਣੇ ਭਾਈ ਰੇਤ ਆਹ ਵੀ ਰੇਤਾ ਪਿਆ ਆਹ ਬਜਰੀ ਪਿਆ ਰੇਤੇ ਤੁਹਾਨੂੰ ਬਜਰੀ ਤੁਹਾਨੂੰ ਨੇੜੇ ਜਾ ਕੇ ਦਿਖਾ ਦਿੰਦੇ ਹਾਂ ਅਤੇ ਟਰੱਕ ਵੀ ਤੁਹਾਨੂੰ ਲੋਡ ਹੁੰਦਾ ਦਿਖਾਵਾਂਗੇ ਪੂਰਾ ਕਿੱਦਾਂ ਸਾਰਾ ਸਿਸਟਮ ਹੈ ਕਿਆ ਕੁਛ ਬਣਦਾ ਕਿੱਦਾਂ ਕਿੱਦਾਂ ਸਾਰਾ ਉੱਥੇ ਲੋਡ ਹੋ ਜਾਂਦਾ ਅਤੇ ਸਾਰਾ ਮਸ਼ੀਨ 'ਚ ਘੁੰਮ ਕੇ ਫਿਰ ਜਾ ਕੇ ਇੱਧਰ ਪੈ ਜਾਂਦਾ ਅਤੇ ਟਰੱਕ ਆ ਗਿਆ ਇੱਧਰ ਰੇਤ ਦੀ ਕੁਆਲਿਟੀ ਤੁਸੀਂ ਦੇ ਚੈੱਕ ਕਰੋ ਕਿਆ ਘੈਂਟ ਰੇਤਾ ਅੱਛਾ ਉਹ ਟਰੱਕ ਉੱਧਰ ਲੰਘ ਗਿਆ ਵੀ ਕਿੰਨਾ ਕਿੰਨਾ ਪੈਣਾ ਕਿੰਨਾ ਸਮਿੰਟ ਕਿੰਨਾ ਬਜਰੀ ਆਹ ਬਜਰੀ ਹੈ ਜੀ ਆਹ ਬਜਰੀ ਦਿਖਾ ਦਿਓ ਜਿਹੜੀ ਆਪਣੇ ਪੈਣੀ ਹੈ ਆਹ ਬਜਰੀ ਹੈ ਤੂੰ ਦੱਸ ਕਿਹੜੀ ਪਾਈ ਹੈ ਹੈਂ ਦੋਨੇ ਪਾ ਦਈਏ ਆਹ ਬਰੀਕ ਆ ਥੋੜ੍ਹੀ ਜਿਹੀ ਬਜਰੀ ਅਲੱਗ ਅਲੱਗ ਗ੍ਰੇਡ ਹੁੰਦੇ ਇਹਨਾਂ ਦੇ ਵਿੱਚ ਨਾ ਜਿੱਦਾਂ ਹੁਣ ਤੁਹਾਨੂੰ ਮੈਂ ਸਮਝਾਵਾਂ ਵੀ ਜਿਹੜੇ ਤਾਂ ਸੜਕਾਂ ਪਰ ਜਿੱਦਾਂ ਪੁਲ ਵਗੈਰਾ ਬਣਦੇ ਉਹਨਾਂ ਵਾਸਤੇ ਥੋੜ੍ਹਾ ਸਟਰੋਂਗ ਬਣਦਾ ਜਿਹੜਾ ਹੁਣ ਆਪਣੇ ਪੈਣਾ 2-1-1 ਵੀ ਦੋ ਬਜਰੀ ਦੇ ਇੱਕ ਰੇਤੇ ਦਾ ਅਤੇ ਇੱਕ ਸਮਿੰਟ ਦਾ ਜਿਹੜੀ ਇਹ ਰੇਸ਼ੋ ਚੱਲਦੀ ਹੈ ਜੀ ਸਾਹਮਣੇ ਟਰੱਕ ਲੱਗ ਗਿਆ ਸਾਰਾ ਫਿਰ ਇੱਥੋਂ ਮਿਕਸ ਹੋ ਕੇ ਇੱਥੋਂ ਤੋਂ ਕਿੰਨਾ ਕਿੰਨਾ ਮਾਲ ਨਿਕਲਣਾ ਕਰਤੀ ਗੱਡੀ ਆ ਉਹ ਘੁੰਮਣਾ ਸ਼ੁਰੂ ਹੋ ਗਿਆ ਅੱਛਾ ਠੀਕ ਹੈ ਠੀਕ ਹੈ ਜਾਣੀ ਕਿ ਸਾਰਾ ਇੱਕ ਐਕਟੀਵੇਟ ਆਟੋਮੈਟਿਕ ਜਿੰਨਾ ਜਿੰਨਾ ਮਾਲ ਉਹਨੇ ਆਪੇ ਲਈ ਜਾਣਾ ਵਿੱਚ ਤੇ ਫਿਰ ਗੱਡੀ ਸਟਾਰਟ ਹੋਈ ਹੈ ਆਹ ਹੁਣ ਇਹ ਬਾਅਦ ਚੋਂ ਸਟਾਰਟ ਫਿਰ ਅੱਛਾ ਠੀਕ ਹੈ ਠੀਕ ਹੁਣ ਮਸ਼ੀਨ ਸਟਾਰਟ ਹੋ ਗਈ ਇੱਥੇ ਅਤੇ ਆਹ ਬਜਰੀ ਪਈ ਆ ਫਿਰ ਰੇਤਾ ਪਿਆ ਉਹ ਰੇਤਾ ਪਿਆ ਪਰਲੇ ਪਾਸੇ ਫਿਰ ਬਜਰੀ ਪਈ ਆ ਸਮਿੰਟ ਕਿੱਧਰ ਸਮਿੰਟ ਉੱਧਰੋਂ ਪਊਗਾ ਅੱਛਾ ਪ੍ਰੋਪਰ ਉਹਨਾਂ ਵਿੱਚ ਪਊਗਾ ਸਮਿੰਟ ਜਾ ਕੇ ਰੇਤਾ ਕਰ ਗਿਆ ਚਲ ਇਸ ਤੋਂ ਅੱਗੇ ਰੇਤਾ ਕਰਿਆ ਇੱਧਰ ਇੱਧਰ ਬਜਰੀ ਗਿਰੀ ਇੱਧਰ ਚੱਲ ਪਿਆ ਵਾ ਇੱਥੋਂ ਸਾਰਾ ਗਰਜਾ ਜਿਹੜੀ ਉਹ ਉੱਪਰ ਨਾ ਸਮਿੰਟ ਗਿਰ ਰਿਹਾ ਵੀਰ ਹੋਣੀ ਕਹਿੰਦੇ ਉੱਪਰ ਤੁਸੀਂ ਨਾ ਫਿਰ ਜ਼ਿਆਦਾ ਗਰਦ ਪੈ ਜਾਣੀ ਵੀ ਨਾ ਆ ਜਾਈ ਉੱਪਰ ਉਹ ਸਮਿੰਟ ਗਿਰਦਾ ਫਿਰ ਉਹ ਸਾਰਾ ਫਿਰ ਥੱਲੇ ਮਿਕਸ ਹੋ ਕੇ ਇਹਦੇ ਵਿੱਚ ਪੈ ਜਾਣਾ ਟਰੱਕ ਦੇ ਵਿੱਚ ਉਹ ਤਾਂ ਫਿਰ ਚੱਲ ਰਿਹਾ ਇਹਦੇ ਨਾਲ ਦੇ ਜਿਹੜੇ ਕੋਈ ਖਾਲੀ ਹੋ ਗਈ ਆ ਨਾਲ ਦੀ ਨਾਲ ਭਰੀ ਜਾ ਰਿਹਾ ਇਹ ਫਿਰ ਇੱਥੇ ਚੱਲਦੀ ਮਸ਼ੀਨ ਆਹ ਉਹ ਦੇਖੋ ਵਿੱਚ ਨਾ ਮਿਕਸ ਹੋ ਕੇ ਪੈਣ ਲੱਗ ਗਿਆ ਇਹਦੇ ਵਿੱਚ ਗਿਰਦਾ ਵਿੱਚ ਆ ਦੇਖੋ ਸਮਿੰਟ ਵਾਲੀਆਂ ਆ ਜਿਹੜੇ ਪੂਰੇ ਭਰੇ ਹੋਏ ਨਾ ਨਿੰਮੇ ਇਹ ਸਮਿੰਟ ਭਰਿਆ ਇਹਨਾਂ ਦੇ ਵਿੱਚ ਇਹ ਪੂਰੇ ਨਾ ਪੂਰੇ ਸਮਿੰਟ ਦੇ ਭਰੇ ਹੋਏ ਉੱਪਰ ਆਹ ਉਹ ਉੱਧਰੋਂ ਆਈ ਜਾਂਦਾ ਸਮਾਨ ਅਤੇ ਵਿੱਚ ਗਿਰੀ ਜਾ ਰਿਹਾ ਇੱਥੋਂ ਸਾਰਾ ਕੰਟਰੋਲ ਹੁੰਦਾ ਵੀ ਕਿੰਨਾ ਕਿੰਨਾ ਸਮਾਨ ਪੈ ਗਿਆ ਸਾਰਾ ਕੁਛ ਸਾਹਮਣੇ ਇੱਥੇ ਸਾਰਾ ਕੁਛ ਦਿਖ ਰਿਹਾ ਉਹ ਸਾਹਮਣੇ ਟਰੱਕ ਦਿਖ ਰਿਹਾ ਇੱਥੇ ਤਾਂ ਸਾਰੀਆਂ ਲਾਈਟਾਂ ਲੂਟਾਂ ਜੋ ਵੀ ਹੈ ਸਾਰੀ ਚੀਜ਼ ਇਕੱਲੀ ਇਕੱਲੀ ਚੀਜ਼ ਇੱਥੋਂ ਪਤਾ ਲੱਗ ਰਹੀ ਹੈ ਇੱਥੇ ਮਿਕਸਰ ਸਾਰਾ ਰਨਿੰਗ ਵਿੱਚ ਚੱਲ ਰਿਹਾ ਸਾਰਾ ਕੁਛ ਇਕੱਲੀ ਇਕੱਲੀ ਚੀਜ਼ ਇੱਥੋਂ ਪਤਾ ਲੱਗ ਜਾਂਦੀ ਹੈ ਕਿੰਨਾ ਸਮਿੰਟ ਪਿਆ ਕਿੰਨਾ ਸਮਾਨ ਪਿਆ ਸਾਰਾ ਉੱਥੋਂ ਟਰੱਕ ਖੜ੍ਹਾ ਸਾਹਮਣੇ ਆ ਇੱਥੇ ਰਾ ਮਟੀਰੀਅਲ ਪਿਆ ਸਾਰਾ ਇਹ ਨਾ ਪਹਿਲਾਂ ਜਦੋਂ ਟਰੱਕ ਆਉਂਦਾ ਬਾਹਰੋਂ ਜਿੱਦਾਂ ਵੀ ਬਾਹਰੋਂ ਕਿਤੇ ਭਰਕੋ ਆਉਂਦਾ ਜਿੱਦਾਂ ਅਤੇ ਉਹਦੀ ਪਹਿਲਾਂ ਫਿਰ ਇੱਥੇ ਟੈਸਟਿੰਗ ਹੁੰਦੀ ਆ ਉਹਦਾ ਕਿਆ ਗ੍ਰੇਡ ਆ ਸਾਰਾ ਕੁਛ ਤੁਹਾਨੂੰ ਟੈਸਟ ਕਰਕੇ ਦਿਖਾਉਂਦੇ ਹੁਣ ਅਸੀਂ ਉਹਦੀ ਕਿਆ ਜਿੱਦਾਂ ਕੋਈ ਜਿੱਦਾਂ ਬੜੀਆਂ ਬੜੀਆਂ ਆਪਣੀਆਂ ਬਿਲਡਿੰਗਾਂ ਬਣਦੀਆਂ ਫਿਰ ਆ ਕੇ ਪਹਿਲਾਂ ਟੈਸਟ ਮੰਗਦੇ ਤੁਹਾਨੂੰ ਕਿਹੜਾ ਗ੍ਰੇਡ ਚਾਹੀਦਾ ਉਹ ਤੁਹਾਨੂੰ ਉਹ ਕਰਕੇ ਦਿਖਾਉਂਦੇ ਹਾਂ ਅਸੀਂ ਜਿਹੜੀ ਹੁਣ ਆਪਣੀ ਬਜਰੀ ਜਾਣੀ ਹੈ ਉਹ ਟੈਸਟਿੰਗ ਹੋਣ ਲੱਗੀ ਆ ਜਿਹੜੇ ਆਪਣੇ ਮਕਾਨ 'ਚ ਚਲੋ ਜੀ ਪੂਰਾ ਵਜਨ ਹੋ ਰਿਹਾ 5 ਕਿਲੋ ਪੈਣੇ ਇਹਦੇ ਵਿੱਚ 5 ਕਿਲੋ ਦਾ ਹੋਊਗਾ ਜੀ ਹੁਣ ਇੱਥੇ ਨਾ ਬਜਰੀ ਚੈੱਕ ਹੋਣੀ ਵੀ ਕਿੰਨੇ ਐਮਐਮ ਦੀ ਕਿੰਨੀ ਬੜੀ ਛੋਟੀ ਸਾਰੀ ਕੁਝ ਉਹ ਪਾ ਦਿੱਤੀ ਹਾਂ ਇੱਕ ਭਰ ਕੇ ਲਿਆਂਦੇ ਵਿੱਚ ਲਿਖਿਆ ਉਹਦੇ ਭਰਾ 20 ਐਮਐਮ ਦੀ 10 ਦੀ 4.75 ਸਾਰਾ ਕੁਝ ਹੈ
ਪਲਾ ਜੇ 20 mm ਦੀ ਜਿਹੜੀ ਹੁਣ ਵਜਰੀਆਂ 20 mm ਦੀ ਰਹਿ ਗਈ ਉੱਪਰ ਆ ਹਾਂ 5 ਕਿਲੋ ਫਿਰ ਸਾਰ ਦੇ ਲਾ ਦਿੰਦੇ ਇਹਦੇ ਵਿੱਚ ਕਿੰਨੀ ਕਿੰਨੀ mm ਦੀ ਸਾਰੀ ਆ ਲੱਗੀ ਇੱਥੇ ਰਿਪੋਰਟ ਬਣਨੀ ਪੂਰੀ ਹੈ ਜੀ ਸਰ 100 ਗ੍ਰਾਮ ਸੇ ਕਮ ਨਹੀਂ ਹੋ ਸਕਦਾ ਇਸ ਕਾ ਬੇਨਾ ਅੱਛਾ 20 ਹੋਤੀ ਠੀਕ ਹੈ ਇਹ ਤਾਂ ਪੂਰੀ ਫਿਰ ਰਿਪੋਰਟ ਬਣਦੀ ਹੈ ਜੀ ਪਾਉਣ ਲੱਗੇ ਕਿੰਨੇ ਤੱਕ ਭੰਨ ਹੁੰਦੀ ਹੈ ਸੱਟ ਮਾਰ ਕੇ ਦਿਖਾਵਾਂ ਕਰਦੇ ਚੂਰਾ ਚੂਰਾ ਹੋ ਜਾਂਦਾ ਜਿਹੜਾ ਵਿੱਚ ਕਿੰਨੀ ਕੁ ਬਜਰੀ ਆ ਉਹ ਸਾਰਾ ਭੰਨ ਕੇ ਉਹਦੇ ਨਾਲ ਫਿਰ ਪੂਰੀ ਵੈਲਿਊ ਕੱਢੂਗਾ ਕਿੰਨੀ ਆ ਕਿੰਨੀ ਇਹ ਮਜ਼ਬੂਤ ਆ ਜਿਹੜੀ ਬਜਰੀ ਆਈ ਹੋਈ ਆ ਪੂਰੀ ਟੈਸਟਿੰਗ ਹੁੰਦੀ ਆ ਐਂ ਨਹੀਂ ਹੈਗਾ ਵੀ ਆਪਣੇ ਘਰ ਦੇ ਵਿੱਚ ਕਿਸੇ ਦੇ ਕੋਈ ਮਾੜੀ ਚੀਜ਼ ਲਾਉਂਗੇ ਕਿੰਨੀ ਫੁੱਟ ਗਈ ਬਜਰੀ ਆ ਤੁਹਾਨੂੰ ਸਿੰਪਲ ਭਾਸ਼ਾ ਵਿੱਚ ਸਮਝਾਵਾਂ ਜਿੱਦਾਂ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਦੀਆਂ 10-10 ਮੰਜ਼ਿਲਾਂ 20-20 ਮੰਜ਼ਿਲਾਂ ਉਹਨਾਂ ਦੇ ਜਿਹੜੇ ਇੰਜੀਨੀਅਰ ਹੁੰਦੇ ਉਹ ਆਹ ਚੀਜ਼ ਆ ਕੇ ਚੈੱਕ ਕਰਦੇ ਆ ਵੀ ਉਹਦਾ ਕਿੰਨਾ ਗ੍ਰੇਡ ਹੈ ਫਿਰ ਉਹ ਪਾਸੀ ਹੁੰਦੀ ਆ ਫਿਰ ਉਹਨਾਂ ਬਿਲਡਿੰਗਾਂ 'ਚ ਮਟੀਰੀਅਲ ਲੱਗਦਾ ਐਂ ਨਹੀਂ ਵੀ ਹੈਗਾ ਵੀ ਕੱਲ੍ਹ ਨੂੰ ਐਡੇ ਐਡੇ ਬਿਲਡਿੰਗਾਂ ਹਿੱਲ ਜਾਣਗੀਆਂ ਇਕੱਲੀ ਇਕੱਲੀ ਚੀਜ਼ ਦੇਖੀ ਜਾਂਦੀ ਵੀ ਕਿੰਨਾ ਕੁ ਜਿਹੜੇ ਆਰਕੀਟੈਕਟ ਹੁੰਦੇ ਕਿੰਨਾ ਬਜਰੀ ਪਈ ਆ ਕਿੰਨਾ ਸਮਿੰਟ ਪਿਆ ਵੀ ਤੁਹਾਨੂੰ ਦੱਸੂਗੇ ਹਲੇ ਵੀ ਇਹਦਾ ਕਿਆ ਮਤਲਬ ਹੈ ਸਾਰਾ ਕੁਛ ਸਮਝਾਊਂਗਾ ਨਾ ਮੈਂ ਕਹਿੰਦਾ ਵੀ ਦਿਖਾ ਦੇ ਜਿੱਦਾਂ ਹੁਣ ਮੇਰੇ ਘਰ 'ਚ ਪੈਣਾ ਜਿਹੜਾ ਮਟੀਰੀਅਲ ਉਹਦੇ ਵਿੱਚ ਨੂੰ ਇੱਕ ਨਾ ਜਿਹੜਾ ਟਰੱਕਾਂ ਵਿੱਚ ਜਾਓਗੇ ਇੱਕ ਨਾ ਇੱਦਾਂ ਭਰ ਕੇ ਰੱਖ ਲੈਣਾ ਉੱਥੇ ਇਹਦਾ ਇੰਜੀਨੀਅਰ ਜਾਊਗਾ ਪੂਰਾ ਭਰ ਕੇ ਰੱਖ ਲੈਣਾ ਉਹਨਾਂ ਇੱਥੇ ਵਿੱਚ ਤੇ ਵੀ ਜਿਹੜਾ ਸਮਾਨ ਜਿੰਨਾ ਵੀ ਆ ਵਿੱਚ ਦੇ ਨਾ ਇੱਕ ਕਿਸੇ ਵੀ ਟਰੱਕ ਦੇ ਵਿੱਚੋਂ ਫਿਰ ਉਹਨਾਂ ਨੂੰ 20 ਦਿਨ ਪਾਣੀ ਦੇ ਵਿੱਚ ਰੱਖਣਾ ਫਿਰ ਉੱਧਰ ਇੱਕ ਨਾ ਮਸ਼ੀਨ ਲੱਗੀ ਹੋਈ ਆ ਆਹ ਮਸ਼ੀਨ ਲੱਗੀ ਹੋਈ ਆ ਫਿਰ ਉਹਦਾ ਪੂਰਾ ਵੀ ਤੂੰ ਵਜਨ ਦੇ ਕੇ ਸਾਰਾ ਕੁਝ ਦਿਖਾਉਂਦੇ ਵੀ ਸਾਨੂੰ ਦਿਖਾਉਂਦੇ ਅਸੀਂ ਮੈਂ ਬੜੀਆਂ ਬੜੀਆਂ ਤਕਨੀਕਾਂ ਆ ਗਈਆਂ ਯਾਰ ਇਹਨਾਂ ਚੀਜ਼ਾਂ ਦੇ ਪੁੱਲ ਲੱਗਦੇ ਫਿਰ ਉਹਦੀ ਗ੍ਰੇਵਿਟੀ ਦੇਖੀ ਜਾਂਦੀ ਵੀ ਕਿੰਨੀ ਮਜ਼ਬੂਤ ਆ ਉਹ ਜਿਹੜੇ ਵੱਡੇ ਵੱਡੇ ਪੁੱਲੇ ਪੁੱਲੇ ਲੱਗਦੇ ਕਿੰਨੀ ਮਜ਼ਬੂਤੀ ਹੋਣੀ ਕਿੰਨਾ ਸਮਿੰਟ ਨਵੀਆਂ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਦੇਖਦੇ ਰਹੋ ਹਾਲੇ ਹੋਰ ਚੀਜ਼ਾਂ ਦਿਖਾਵਾਂਗੇ ਤੁਹਾਨੂੰ ਵੀ ਆਹ ਚੀਜ਼ ਤਾਂ ਮੈਨੂੰ ਪਤਾ ਨਹੀਂ ਪਈ ਸ਼ਾਇਦ ਮੈਂ ਕਿਹਾ ਵੀ ਹੋਰ ਪਿੰਡ ਵਾਲਾ ਹਿਸਾਬ ਤਾਂ ਹੋਣਾ ਜਿਹੜਾ ਪਿੰਡ 'ਚ ਆਪਾਂ ਰੇਤਾ ਲਿਆਂਦਾ ਬਜਰੀ ਲਿਆਂਦਾ ਮਿਕਸ ਕਰਾ ਕੇ ਲੈਂਟਰ ਦੇ ਉੱਪਰ ਚੜਾ ਦਿੱਤਾ ਇੱਥੇ ਪੂਰਾ ਜਿਹੜਾ ਹੁਣ ਮੇਰੇ ਲੈਂਟਰ ਦੇ ਵਿੱਚ ਪੈਣਾ ਸਮਾਨ ਉਹਦਾ ਪੂਰਾ ਕਿੱਦਾਂ ਭਰ ਕੇ ਰੱਖਿਆ ਜਾਣਾ ਸੈਂਪਲ ਇਹ ਫਿਰ ਇਹਦੀ ਜ਼ਿੰਮੇਵਾਰੀ ਵੀ ਜਿਹੜਾ ਕੁਛ ਵੀ ਹੋ ਗਿਆ ਫਿਰ ਇਹਨਾਂ ਦੀ ਜ਼ਿੰਮੇਵਾਰੀ ਹੈ ਜਿਹੜਾ ਮੇਰੇ ਵਾਲਾ ਭਾਅ ਜੀ ਉਹਦੀ ਹੈ ਭਾਅ ਜੀ ਜਿਹੜਾ ਮੇਰੇ ਵਾਲਾ ਉਹਦੇ 20 ਦਿਨ ਬਾਅਦ ਜਾ ਕੇ ਪਤਾ ਲੱਗੂਗਾ ਸਾਰਾ ਕੁਝ ਇੱਕ ਹਫ਼ਤੇ ਬਾਅਦ ਇੱਕ 28 ਦਿਨਾਂ ਬਾਅਦ 28 ਦਿਨਾਂ ਬਾਅਦ ਠੀਕ ਹੈ ਜਾਣੇ ਤਾਂ ਵਜਨ ਉਹ ਵਜਨ ਵਾਲੀ ਮਸ਼ੀਨ ਵਜਨ ਦੇਣ ਲੱਗ ਗਈ ਉਹਦੇ ਪਰ ਠੀਕ ਹੈ ਆਪਾਂ ਕਿਊਬ ਸਟਰੈਂਥ ਨਿਕਾਲेंगे ਅੱਛਾ ਤੋਂ ਉਹ ਤਾਂ ਲੋਡ ਅਪਨ ਏਰੀਆ ਜਿੰਨਾ ਲੋਡ ਆਇਆ ਉਸਕੋ ਡਿਵਾਈਡ ਕਰ ਦेंगे ਏਰੀਆ ਸੇ ਏਰੀਆ ਮਾਰਾ ਤਾਂ ਕਿਊਬ ਦਾ 22.5 ਦਿਖਾਉਣ ਦਾ ਇਹ ਮਤਲਬ ਸੀ ਜਿੱਦਾਂ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਦੇ ਵੱਡੇ ਵੱਡੇ ਪੁਲ ਬਣਦੇ ਉਹਨਾਂ ਪਰ ਭਾਰੀ ਭਾਰੀ ਹੈਵੀ ਚੀਜ਼ਾਂ ਨਿਕਲਦੀਆਂ ਫਿਰ ਉਹ ਆਹ ਗ੍ਰੇਡ ਚੈੱਕ ਕੀਤਾ ਜਾਂਦਾ ਵੀ ਇਹਦੀ ਕਿੰਨੀ ਕੁਆਂਟੀਟੀ ਆ ਵੀ ਕਿੰਨਾ ਵਜਨ ਸਹਿ ਸਕਦੀ ਆ ਇਹਨਾਂ ਦਾ ਮਤਲਬ ਇਹ ਜਿਹੜਾ ਬਣੇ ਪਏ ਸਾਰੇ ਆ ਇੱਕ ਦਿਨ 7 ਦਿਨ ਬਾਅਦ ਚੈੱਕ ਹੁੰਦੀ ਤੇ ਗ੍ਰੇ ਵੀ ਕਿੰਨਾ ਫਿਰ 20 ਦਿਨ ਬਾਅਦ 20 ਦਿਨ ਭਾਅ ਜੀ 28 ਦਿਨ ਬਾਅਦ 28 ਦਿਨ ਬਾਅਦ ਚੈੱਕ ਹੁੰਦੀ ਵਜਨ ਪਾ ਕੇ ਦੇਖਿਆ ਜਾਂਦਾ ਵੀ ਜ਼ਿਆਦਾ ਟੁੱਟ ਗਿਆ ਉਹਦਾ ਫਿਰ ਲਿਖਿਆ ਜਾਂਦਾ ਫਿਰ ਚੀਜ਼ ਇਹ ਆ ਤੁਹਾਨੂੰ ਦਿਖਾ ਦਿੰਦੇ ਹਾਂ ਜਿੱਦਾਂ ਹੁਣ ਮੇਰੇ ਘਰ ਦਾ ਵੀ ਨਾ ਇੱਥੇ ਇੱਕ ਸੈਂਪਲ ਭਰ ਕੇ ਤਾਂ ਪਾਣੀ ਦੇ ਵਿੱਚ ਰੱਖਿਆ ਜਾਣਾ ਸਾਹਮਣੇ ਜਿੱਦਾਂ ਪਏ ਆ ਇੱਕ ਸੈਂਪਲ ਰੱਖਿਆ 20 ਦਿਨ ਪਾਣੀ ਦੇ ਬਾਅਦ ਫਿਰ ਇਹਦੀ ਟੈਸਟਿੰਗ ਹੁੰਦੀ ਜਿੱਦਾਂ ਤੁਹਾਨੂੰ ਕਰਕੇ ਦਿਖਾਈ ਨਾ ਅਸੀਂ ਉਹ ਫਿਰ 20 ਦਿਨ ਬਾਅਦ ਜਿੱਦਾਂ ਇੱਥੇ ਰੱਖੇ ਹੋਏ ਸੈਂਪਲ ਸਾਰੇ ਆ ਵੀ ਕੱਲ੍ਹ ਨੂੰ ਕੋਈ 100-49 ਫਿਰ ਵੀਰ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਵੀ ਤੁਸੀਂ ਚੈੱਕ ਨਹੀਂ ਕੀਤਾ ਹੈਗਾ ਉਹ ਫਿਰ ਪੂਰੀ ਇਕੱਲੀ ਇਕੱਲੀ ਰਿਪੋਰਟ ਜਿੱਦਾਂ ਹੁਣ ਵੀਰ ਦਿਖਾਉਂਦਾ ਸਾਰੀ ਇੱਦਾਂ ਲਿਖੀ ਜਾਂਦੀ ਆ ਜਿੱਦਾਂ ਹੁਣ ਵੀਰ ਉਹਨੇ ਆਹ ਰਿਪੋਰਟ ਲਿਖੀ ਵੀ ਸਾਰੀ ਆ ਨਹੀਂ ਇਹ ਤਾਂ ਜਿਹੜੇ ਆਪਣੇ ਆਮ ਪਿੰਡ ਵਾਲਾ ਤਾਂ ਨਹੀਂ ਚੈੱਕ ਕਰਦੇ ਹੁਣ ਜਿਹੜੇ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਦੇ ਜਿੱਦਾਂ ਪੁੱਲ ਬਣਦੇ ਆ ਜਿਹਦੇ 10-10-20-20 ਮੰਜ਼ਿਲ ਜਿਹੜੇ ਉਹਦੇ ਇੰਜੀਨੀਅਰ ਆ ਆਹ ਚੀਜ਼ ਚੈੱਕ ਕਰਦੇ ਹੁਣ ਸਾਡੇ ਕੋਲ ਕਲਾਇੰਟ ਵੀ ਕਰਦੇ ਆ ਸਰ ਜੋ ਰਿਪੋਰਟ ਮਤਲਬ ਲੋਕਲ ਵੀ ਜਾਂਦਾ ਨਾ ਮਾਸਟਰ ਵਾਂਟੇ ਵੀ ਸਾਡੀ ਪ੍ਰੋਪਰ ਰਿਪੋਰਟਾਂ ਬਣ ਕੇ ਜਾਂਦੀ ਹੋ ਜੀ ਕਹਿਣ ਦਾ ਭਾਵ ਇਹ ਹੈ ਜੀ ਵੀ ਜਿੱਦਾਂ ਪਹਿਲਾਂ ਹਲਾਂ ਨਾਲ ਵਾਹੁੰਦੇ ਹੁੰਦੇ ਸੀ ਜਿੱਦਾਂ
एक सिंपल भाषा च समझावां, जिद्दां हुण अपने पिंडां दे विच जिहड़ा लेंटर पाउंदे आ ਉਹ ਮਾਲ ਘੱਟ ਵੱਧ ਪਾ ਸਕਦੇ ਆ ਵੀ ਕਿਸੇ ਕੋਲ ਤਸਲਾ ਵੱਡਾ ਹੁੰਦਾ ਕਿਸੇ ਕੋਲ ਛੋਟਾ ਹੁੰਦਾ ਇੱਕ ਤਰ੍ਹਾਂ ਦੇ ਤਸਲੇ ਨਹੀਂ ਹੁੰਦੇ ਹੈਗੇ ਪਰ ਇੱਥੇ ਜਿਹੜਾ ਚੀਜ਼ ਪੈਣੀ ਐਨ ਪੂਰੀ ਪ੍ਰੋਪਰ ਪੈਣੀ ਹੈ ਵੀ ਇਹਦੀ ਜਿਹੜੀ ਸਟਰੈਂਥ ਆ ਜਿਹੜੀ ਜ਼ਿਆਦਾ ਲਾਈਫ ਇਹਦੀ ਜ਼ਿਆਦਾ ਲੰਬੀ ਹੁੰਦੀ ਹੈ ਕੋਈ ਚੀਜ਼ ਘੱਟ ਵੱਧ ਨਹੀਂ ਪੈਣੀ ਚੀਜ਼ ਜ਼ਿਆਦਾ ਪ੍ਰੋਪਰ ਪੈਣੀ ਹੈ ਅਤੇ ਚੱਲੀਏ ਬਈ ਹੁਣ ਮੈਂ ਫਿਰ ਗੇਟ ਦੂਜਾ ਆਪਣਾ ਸਲਾਈਡ ਆ ਰਿਮੋਟ ਹਾਂ ਰਿਮੋਟ ਵਾਲਾ ਮੈਨੂੰ ਤਾਂ ਇੰਨੀਆਂ ਚੀਜ਼ਾਂ ਬਾਰੇ ਪਤਾ ਨਹੀਂ ਜਿਹੜੀਆਂ ਬਾਈ ਨੇ ਚੀਜ਼ਾਂ ਦੱਸੀਆਂ ਵੀ ਇੱਥੇ ਸਾਰੀਆਂ ਜੋ ਸਾਰੀ ਮੈਂ ਹੁਣ ਦੇਖ ਕੇ ਗਿਆ ਪੂਰੀ ਹਾਂ ਇਕੱਲੀ ਇਕੱਲੀ ਚੀਜ਼ ਲਿਖੀ ਜਾਂਦੀ ਆ ਇੰਜੀਨੀਅਰ ਆਉਂਦੇ ਪੂਰਾ ਵੀ ਹਾਂ ਬੇ ਪਾਸ ਹੈ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਵੀ ਕਿਸੇ ਨੇ ਘਰ ਛੱਤਣਾ ਕਿਸੇ ਨੇ ਵੱਡੀ ਵੱਡੀ ਬਿਲਡਿੰਗਾਂ 'ਚ ਰਹਿਣਾ ਵੀ ਕੱਲ੍ਹ ਕੋਈ ਵਿੱਚ ਗਲਤੀ ਆ ਗਈ ਪ੍ਰੋਜੈਕਟ ਪੈਣਾ ਇਧਰ ਕੈਮਰਾਮੈਨ ਤੀਸਰੀ ਅੱਖ ਪਹੁੰਚ ਗਈ ਹੈ ਹਾਂ ਹੋਰ ਕਾਲੇ ਭਾਈ ਠੀਕ ਹੈ ਨਾ ਵਧੀਆ ਚਾਰ ਕੈਮਰੇ ਲੱਗੇ ਜਾਣੇ ਆਪਣੇ ਇੱਥੇ ਫਿਰ ਚਾਰ ਲੱਗ ਜਾਣੇ ਫਿਰ ਪੰਜਵਾਂ ਵਾਈਫਾਈ ਵਾਲਾ ਵੀ ਲਾ ਦੇਣਾ ਹਾਂ ਵਾਈਫਾਈ ਵਾਲਾ ਵੀ ਲੱਗ ਜੂਗਾ ਅੱਜ ਕੱਲ੍ਹ ਭਾਅ ਜੀ ਇਹ ਚੀਜ਼ਾਂ ਜ਼ਰੂਰੀ ਆ ਅੱਜ ਕੱਲ੍ਹ ਬਾਅਦ ਇੱਕ ਅੱਜ ਕੱਲ੍ਹ ਹੋਰ ਦੂਜੀ ਤਕਨੀਕ ਵੀ ਆ ਗਈ ਉਹ ਜਿਹੜੇ ਕਰੰਟ ਵਾਲੀ ਹਾਂਜੀ ਹਾਂ ਉਹ ਵੀ ਉਹ ਝਟਕਾ ਮਾਰਦੀ ਹੈ ਜਿਹੜੀ ਝਟਕਾ ਮਾਰਦੀ ਹੈ ਉਹ ਲੱਗ ਜਾਂਦੀ ਉਹ ਵੀ ਮਸ਼ੀਨ ਵਧੀਆ ਉਹ ਵੀ ਲਾਵਾਂਗੇ ਹੌਲੀ ਹੌਲੀ ਹੁਣ ਕਹਾਂਗਾ ਸਕਿਉਰਟੀ ਕਿ ਚੋਰੀਆਂ ਚੋਰੀਆਂ ਬਹੁਤ ਵੱਧ ਹੀ ਜਾਂਦੀਆਂ ਨਹੀਂ ਵੈਸੇ ਆਪਣਾ ਫਰੰਟ 'ਤੇ ਹੀ ਲੱਗ ਸਕਦੀ ਕਿਉਂਕਿ ਸਾਈਡਾਂ ਤਾਂ ਬੰਦੇ ਆ ਆਪਣੀਆਂ ਹਾਂ ਚੋਰ ਵੀ ਕਹਾਂਗਾ ਮਸ਼ੀਨ ਗਾਹਾਂ ਚੋਰ ਮੈਂ ਕਿਹਾ ਚੋਰ ਕਹਾਂਗਾ ਸਮਾਰਟ ਹੁੰਦੇ ਜਾਂਦੇ ਨਾ ਹੁਣ ਤੁਹਾਨੂੰ ਮੈਂ ਸਾਰਾ ਸਮਝਾਉਂਦਾ ਵੀ ਮੇਰਾ ਜਿਹੜਾ ਨਾ ਏਰੀਆ ਸਾਰਾ 2000 ਫੁੱਟ ਏਰੀਆ ਬਣਦਾ ਉਹ ਏਰੀਆ ਘੱਟਦਾ ਵੱਧਦਾ ਰਹਿੰਦਾ ਜਾਣੀ ਕਿ ਛੇ ਇੰਚੀ ਏਰੀਆ ਤਾਂ 5.5 ਫੁੱਟ ਕਵਰ ਕਰ ਲੈਂਦਾ ਜਿਹੜੀ ਇਹਦੀ ਕੋਸਟ ਅਰਾਊਂਡ 37,000 ਤੱਕ ਭਰ ਕੇ ਆਉਂਦਾ ਹੈ ਉਹਦੇ ਵਿੱਚ ਇਹ ਹੈ ਵੀ ਤੁਸੀਂ ਮਾਲ ਕਿੱਦਾਂ ਦਾ ਪਵਾਉਂਦੇ ਜਿੱਦਾਂ ਇੱਕ ਰੇਤੇ ਦਾ 2 ਬਜਰੀ ਦੇ 1 ਸਮਿੰਟ ਦਾ ਜਿਹੜੀ ਰੇਸ਼ੋ ਚੱਲਦੀ ਅੱਜ ਕੱਲ੍ਹ ਆਮ ਜਿਹੜੀ ਚੱਲਦੀ ਆਪਾਂ ਆਮ ਲੈਂਟਰਾਂ ਪਰ ਪੈਂਦੀ ਹੈ ਹੁਣ ਜਿਹੜੇ ਵੱਡੇ ਵੱਡੇ ਬਿਲਡਿੰਗਾਂ ਬਣਦੀਆਂ ਜਿੱਦਾਂ ਕੋਈ ਪੁਲ ਬਣਦਾ ਉਹਦੇ ਵਿੱਚ ਹੋਰ ਮਹਿੰਗਾ ਵੀ ਹੋ ਸਕਦਾ ਉਹ ਤੁਸੀਂ ਉਹ ਤੁਹਾਨੂੰ ਮੈਂ ਨੰਬਰ ਵੀ ਸਾਰਾ ਕੁਛ ਦੱਸੂਗਾ ਕਿਆ ਕੁਛ ਇਹਨਾਂ ਦਾ ਸਾਰਾ ਕੁਛ ਕਿੱਥੇ ਪੈਂਦਾ ਇਹਦਾ ਲੋਕੇਸ਼ਨ ਦਾ ਡਿਸਕ੍ਰਿਪਸ਼ਨ ਲਿੰਕ ਵੀ ਦੇ ਦੂੰਗਾ ਤੁਹਾਨੂੰ ਐਡਰੈਸ ਵੀ ਸਾਰਾ ਦੱਸਦਾ ਤੁਹਾਨੂੰ ਮੈਂ ਅਤੇ ਬਾਕੀ ਇਹਨਾਂ ਦੀ ਵੀਰੇ ਆਹ ਚੀਜ਼ ਆਈ ਸੀ ਮੇਰੇ ਕੋਲ ਸਾਰੇ ਇਕੱਲੀ ਇਕੱਲੀ ਚੀਜ਼ ਲਿਖੀ ਉਹਨਾਂ ਦੀ ਠੀਕ ਹੈ ਜੀ ਅਤੇ ਆਹ ਦੇਖੋ ਜਿੱਦਾਂ ਤਰਿਸ਼ ਥੱਲੇ ਕਰਕੇ ਚੱਲਿਆ ਤਾ ਇਹਨੇ ਵੱਡੇ ਵੱਡੇ ਬਿਲਡਿੰਗਾਂ ਬਣਦੀਆਂ ਇਹਨਾਂ ਵਿੱਚ ਵਧੀਆ ਮਟੀਰੀਅਲ ਪੈਂਦਾ ਹੋਰ ਇਕੱਲੀ ਇਕੱਲੀ ਚੀਜ਼ ਦੇਖ ਹੀ ਲਿਆ ਸਾਰਾ ਕੁਛ ਕਿਆ ਹਿਸਾਬ ਕਿਤਾਬ ਹੈ ਸਾਰਾ ਠੀਕ ਹੈ ਜੀ ਅਤੇ ਆਹ ਤੁਸੀਂ ਦੇਖੋ ਇੱਥੇ ਆ ਬਿਲਡਿੰਗਾਂ ਜਿਹੜੀਆਂ ਬਣ ਰਹੀਆਂ ਠੀਕ ਹੈ ਜੀ ਆਹ ਤੁਸੀਂ ਦੇਖੋ ਇੱਥੇ ਅਤੇ ਹੁਣ ਤੁਸੀਂ ਕੱਲ੍ਹ ਵਾਲੀ ਵੀਡੀਓ ਦੇਖਿਓ ਅਤੇ ਆਪਣਾ ਉਹ ਉੱਥੇ ਪ੍ਰੋਜੈਕਟ ਲੱਗ ਜਾਣਾ ਉੱਥੋਂ ਤੋਂ ਪੰਪਿੰਗ ਕਰਕੇ ਇੱਕ ਪੈਪ ਪੈ ਜਾਣਾ ਇਹਦੀ ਜਿਹੜਾ ਸਾਰਾ ਫਿਰ ਇਹਦੇ ਉੱਪਰ ਆਲੇ ਦੁਆਲੇ ਘੁੰਮ ਜਾਣਾ ਫਿਰ ਅਤੇ ਆਪਣੀ ਇੱਥੇ 4 ਗੱਡੀਆਂ ਆਉਣਗੀਆਂ ਜਿੱਦਾਂ ਤੁਹਾਨੂੰ ਦੱਸਿਆ ਵੀ ਇੱਕ ਗੱਡੀ 5.5 ਫੁੱਟ ਏਰੀਆ ਕਵਰ ਕਰ ਲੈਂਦੀ ਹੈ ਭਾਅ ਜੀ ਤੁਸੀਂ ਗੱਲ ਕਰੂੰਗਾ ਮੀਟਰਾਂ ਦੇ ਵਿੱਚ ਹਿਸਾਬ ਕਿਤਾਬ ਕੱਢਦੇ ਮੈਂ ਕਿਹਾ ਮੈਨੂੰ ਜਿਹੜਾ ਸੌਖੇ ਤਰੀਕੇ ਨਾਲ ਸਮਝਾਓ ਜਾਂ ਤੁਹਾਨੂੰ ਸੌਖੇ ਤਰੀਕੇ ਨਾਲ ਸਮਝਾ ਦਿੱਤਾ ਵੀ ਇੱਕ ਗੱਡੀ 5.5 ਸਕੁਅਰ ਫੁੱਟ ਏਰੀਆ ਕਵਰ ਕਰ ਲੈਂਦੀ ਹੈ ਜਿੱਦਾਂ ਤੁਹਾਨੂੰ ਮੈਂ ਦੱਸਿਆ ਵੀ ਇੱਕ ਗੱਡੀ 5.5 ਸਕੁਅਰ ਫੁੱਟ ਏਰੀਆ ਕਰ ਲੈਂਦੀ ਉਹ ਛੋਟੀ ਵੱਡੀ ਹੁਣ ਤੁਸੀਂ 3 ਇੰਚੀ ਮਾਲ ਪਾਉਂਦੇ 4 ਇੰਚੀ ਪਾਉਂਦੇ ਫਿਰ ਉਨਾ ਪਤਲਾ ਜਿੰਨਾ ਤੁਸੀਂ ਮੋਟਾ ਕਰੋਗੇ ਉਨਾ ਘੱਟ ਘੱਟ ਜਾਣਾ ਏਰੀਆ ਫਿਰ ਉਹ ਹੁਣ ਤੁਹਾਨੂੰ 6 ਇੰਚੀ ਏਰੀਆ ਤਾਂ ਦੱਸਿਆ ਵੀ 37,000 ਦੀ ਇੱਕ ਗੱਡੀ ਆ ਜਾਂਦੀ ਹੈ ਜਿਹੜਾ ਭਰ ਕੇ ਆਉਂਦੀ ਹੈ 37,000 ਦੀ ਅਤੇ ਦੂਜਾ ਹੁਣ ਤੁਸੀਂ ਕਿੰਨਾ ਪਾਉਂਦੇ ਸਮਿੰਟ ਦਾ ਡੇਢ ਟੋਟਾ ਪਾਉਂਦੇ ਆ ਕਿਆ ਕੁਛ ਉਹ ਤੁਹਾਡੇ 'ਤੇ ਡਿਪੈਂਡ ਕਰਦਾ ਵੀ ਤੁਸੀਂ ਕਿੰਨਾ ਸਟਰੋਂਗ ਕਰਨਾ ਬਾਕੀ ਸਾਰੀ ਜਿਹੜੀ ਬਜਰੀ ਦਾ ਲੈਵਲ ਆ ਸਾਰਾ ਕੁਛ ਚੈੱਕ ਕੀਤਾ ਜਾਂਦਾ ਹੁਣ ਜਿਹੜੀ ਬਜਰੀ ਆ ਸਾਡੇ ਕੋਲ ਆਈ ਹੋਈ ਹੈ ਇਹਦਾ ਕੁਛ ਨਹੀਂ ਚੈੱਕ ਹੋਇਆ ਹੋਇਆ ਇਹਦਾ ਸਾਹਮਣਾ ਰੇਤਾ ਇਹਦਾ ਕੁਛ ਨਹੀਂ ਚੈੱਕ ਹੋਇਆ ਹੋਇਆ ਸਮਿੰਟ ਤਾਂ ਚਲੋ ਚੈੱਕ ਹੋ ਕੇ ਆਉਂਦੀ ਵੀ ਕਿਆ ਗ੍ਰੇਡ ਹੈ ਇਹਦਾ ਸਾਰਾ ਕੁਛ ਪੈ ਜਾਂਦਾ ਉਹ ਜੀ ਰਹਿ ਗਿਆ ਇਹਨਾਂ ਦਾ ਵੀਰਾਂ ਦਾ ਐਡਰੈਸ ਆਹ ਐਡਰੈਸ ਹੈ ਠੀਕ ਹੈ ਜੀ ਆਹ ਤੁਸੀਂ ਦੇਖ ਸਕਦੇ ਹਾਂ ਕੰਟੈਕਟ ਨੰਬਰ ਇਹਨਾਂ ਦਾ ਵੀਰਾਂ ਦਾ ਤੁਸੀਂ ਕੰਟੈਕਟ ਕਰ ਸਕਦੇ ਹਾਂ ਆਹ ਵੈਬਸਾਈਟ ਵੀ ਹੈਗੀ ਹੈ ਠੀਕ ਹੈ ਜੀ ਅਤੇ ਵੀ ਕਿੱਥੇ ਪੈ ਜਾਂਦਾ ਦੁਲਚੀ ਮਾਜਰਾ ਵਿਲੇਜ ਦੁਲਚੀ ਮਾਜਰਾ ਡਿਸਟ੍ਰਿਕਟ ਰੋਪੜ ਮਰਿੰਡਾ ਰੋਡ 'ਤੇ ਹੈ ਮੈਂ ਜਿੱਦਾਂ ਕਿਹਾ ਡਿਸਕ੍ਰਿਪਸ਼ਨ ਦੇ ਅੰਦਰ ਪੂਰੀ ਲੋਕੇਸ਼ਨ ਪਾ ਦੂੰਗਾ ਮੈਂ ਮੇਲ ਐਡਰੈਸ ਵੀ ਹੈਗਾ ਆਹ ਟੈਲੀਫੋਨ ਨੰਬਰ ਹੈ ਤੁਸੀਂ ਕੰਟੈਕਟ ਕਰਕੇ ਹੋਰ ਕੁਛ ਵੀ ਪੁੱਛਣਾ ਤੁਸੀਂ ਕੰਟੈਕਟ ਕਰ ਸਕਦੇ ਇਹਨਾਂ ਨੂੰ ਇਹ ਨੰਬਰ ਪਰ ਠੀਕ ਹੈ ਜੀ
बाकी अपने वाले मैं थोड़ा सारा कुछ समझाया जो भी मैं जो कुछ रह गई हुई तो कॉन्टैक्ट करके भीरों तो पूछ सकते जो नंबर थोड़ी स्क्रीन पर आए पे दिखाता सारा कुछ थानू मैं अज मैं जब मैं खेतों तो घर में आ रहा एक बंदा मैं मिले क्या तू बड़ा लेट आ लेंटर मैं फिर बोटा करके लेट हो गए एक दो मिसा छुट्टी मार ली भी इसका बहुत पिछले का लेंटर पाते आ रहे हैं मैं भी जी सारी चीज़ ही मैं नवी ला रहा इट भी नवे तरीके वाली लग रही है जो हम कॉन्क्रीट आ भी नवे तरीके पै रहे हैं भी जो आने वाला समा फिर यह चीज़ा मैं लोगों ने हो जाने ज़्यादा भी जिदा भी समा बदलता गाह गाह तकनीक आई जाती है उन्होंने मैंने दसिया भी गाह गाह होर क्या तकनीक आ जाने भीर उन्होंने जब कोई नवी तकनीक मैं थोड़ा दसते रहेंगे कि बाहरली कंट्री तो यही चलते उत्थे इदा नहीं घोलो तैयार होंगे लेबर लगते इदा लगती वो लगती उत्थे तो बस इदा ही आते सर तुम देखो बाहरली कंट्री वाले ने हूँ इतने भी अपने पंजाब के भी ये चीज़ा आ गई तो मेरी कोशिश भी थोड़े तक कोई नवी चीज़ लेके आव कोई नवा करिए जो थोड़े तक नवी चीज़ पहुँचे जिदा उन्हें दसिया जिदा पहला मैं दसिया वीडियो भी जोड़ा आप आम पाते जिदा हम को दो ट्रालियाँ बजरी द आ जाने थी तो एक रेते की आ जानी थी फिर सीमेंट का 100-150 सैला सीमेंट का आ जाना फिर वो रलाना का सारा फिर उपर चढ़ा तो फिर उन्होंने यह नहीं तो पता कि मटीरियल क्या कुछ है बिच भी रेते मिट्टी तो नहीं मिक्स हैगी जी बजरी वो कि कई बार मिट्टी जी चढ़ी होंगी वो तो नहीं हैगी उन्ना फिर जानी ये मैं ज़्यादा स्ट्रोंग लगे भी ये जी चीज़ है सारी देख परख के चीज़ लगती है भी कल कोई गल यदी लाइफ मैंने ज़्यादा लगती बाकी तुम कमेंट से दस्यो भी थोनों किदा लगी वीडियो जरूर दस्यो बाकी हले बनाऊनी हले हल तो बनता नहीं करना भी ये बारे अपने जरूर कमेंट दे जो कोई चीज़ रह गई हो जे तुसी चाहते एक पूरी प्रॉपर वीडियो मैं बनाऊँगा पूरे अपने मकान तो लेके एंड तक भी कि मेरा खर्चा होया कि सारा कुछ सारा दसूँगा मैं अपने वाल तो कोशिश कर रहा कोई नवी चीज़ थोड़े तक पहुँचाने की मन तो लगता भी शायद घंटे दो घंटे का काम होगा पर बहुत बरीकी काम है भाई है हाँ फिर कल निशानियाँ भी याद रखनी कितने कितने क्या कुछ है चीज़ा बहुत हो जाए बहुत बरीकी चीज़ा तो भीर ने मैं कहा था भाई कहना मैं पूरा एक दिन दे दी नहीं मैं अज अज वे बुला लेने दे मैं अज बुला लेने जो तू ना कहता मैं तो आए तो भी शायद नाल दी नाल पा देने था हाँ मैं तो आया तो मैं शायद नाल दी नाल काम चल पैना था पर नहीं पर हूँ कल भी थोड़ा आना पैना मेरे ख्याल हाँ कल भी आऊँगे फिर अच्छा कैमरे की पेपा उन्होंने अपने को 10-11 बजे वह ज़्यादा लंबा टाइम नहीं लाना उन्होंने वह कहते 3 घंटे थोड़ा बेहला कर देना सी हाँ 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 इतने मूहे इतने कहते लटा जी छनी अच्छा अच्छा प्रेशर ज़्यादा रहना काम बहुत है हाले भी बिच पेंडिंग मिस्त्री आए नहीं मिस्त्री ने जो समान फटे लिया तो बिच एक हले पलंबर नहीं आया पलंबर का समान आना हाँ बहुत ज़्यादा नट भाजा महाराज की कृपा ना तुम भी दुआ करो मैं वीडियो ज़्यादा पहले अपडेट कर देनी दुआ करो सारे काम सुखी संद हो जाए लेंटर पै जाओ बस गल धन्यवाद जी होर कोई इनफॉर्मेशन चाहिए आप जरूर थोड़ा दसा अगले वीडियो आप अपडेट करा तो मैं मैं लगता भी सारा एक्सप्लेन होएगा जो अच्छी वीडियो अपने बनाई इनफॉर्मेशन वीडियो की सारी अपने वाले जोर लाया से अपने एक एक चीज़ दिखाई जाए धन्यवाद जी थोड़ा मैं वीडियो देखने वास्ते मिल जाने अगली वीडियो।